ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ। ਸਟੂਡੈਂਟਸ ਨੂੰ ਕੋਰਸਿਸ ਨੂੰ ਲੈ ਕੇ ਅੱਜ ਕੁਝ ਅਜਿਹੀਆਂ ਆਪਸ਼ਨਸ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਤੁਹਾਡਾ ਕੈਨੇਡਾ ਸਟੱਡੀ ਵੀਜ਼ਾ ਦੇ ਨਾਲ ਫਿਊਚਰ ਜਿਹੜਾ ਹੈ ਬ੍ਰਾਈਟ ਹੋਣ ਹੀ ਵਾਲਾ ਹੈ, ਕਿਉਂਕਿ ਅਸੀਂ ਕੋਰਸਿਸ ਅਜਿਹੇ ਦੱਸਣ ਜਾ ਰਹੇ ਹਾਂ ਜਿਸ ਦੀ ਅੱਗੋਂ ਬਹੁਤ ਡਿਮਾਂਡ ਰਹਿਣ ਵਾਲੀ ਹੈ, ਤੁਹਾਨੂੰ ਚੰਗੀਆਂ ਜੋਬ ਆਪਸ਼ਨਸ ਮਿਲਣਗੀਆਂ। ਅੱਜ ਦੇ ਸਮੇਂ ਵਿੱਚ ਇਹੀ ਸਵਾਲ ਬਹੁਤ ਆ ਰਹੇ ਨੇ ਕਿ ਜੋਬ ਨੂੰ ਲੈ ਕੇ ਸਵਾਲ ਬਣਿਆ ਹੋਇਆ, ਪਰ ਜੇ ਤੁਸੀਂ ਅਜਿਹੇ ਚੰਗੇ ਕੋਰਸਿਸ ਦੇ ਨਾਲ ਅੱਗੇ ਵਧੋ ਜਿਹੜੇ ਡਿਮਾਂਡ ਦੇ ਵਿੱਚ ਹੈ, ਜਿੱਥੇ ਤੁਹਾਨੂੰ ਜੋਬ ਨੂੰ ਲੈ ਕੇ ਅੱਛੀ ਆਪਸ਼ਨਸ ਮਿਲਣ ਵਾਲੀਆਂ ਨੇ, ਉਹਨਾਂ ਸਟੂਡੈਂਟਸ ਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਉਣ ਵਾਲੀ ਹੈ। ਸੋ ਇਸ ਲਈ ਧਿਆਨ ਨਾਲ ਜ਼ਰੂਰ ਸੁਣਨਾ ਔਰ ਵੇਖਣਾ ਅੱਜ ਦੀ ਵੀਡੀਓ, ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਜਿਹੜੇ ਵੀ ਤੁਹਾਡੇ ਫਰੈਂਡਸ ਕੈਨੇਡਾ ਸਟੱਡੀ ਵੀਜ਼ਾ ਬਾਰੇ ਸੋਚ ਰਹੇ ਨੇ, ਅਪਲਾਈ ਕਰਨ ਵਾਲੇ ਨੇ। ਸਵਾਗਤ ਹੈ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ, ਕੈਨੇਡਾ ਸਟੱਡੀ ਵੀਜ਼ਾ ਦੀ ਜਦ ਵੀ ਆਪਾਂ ਗੱਲ ਕਰਦੇ ਹਾਂ ਤਾਂ ਦੇਖੋ, ਅੱਜ ਕੱਲ੍ਹ ਸਟੂਡੈਂਟਸ ਜੋਬਸ ਨੂੰ ਲੈ ਕੇ ਬੜੇ ਸਵਾਲ ਹੁੰਦੇ ਆ, ਪਰ ਕੁਝ ਅਜਿਹੇ ਕੋਰਸਿਸ ਮੈਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੀ। ਸਟੂਡੈਂਟ ਅਗਰ ਸਿਲੈਕਟ ਕਰਦਾ ਉਹ ਕੋਰਸਿਸ ਦੇ ਨਾਲ ਅੱਗੇ ਵੱਧਦਾ ਤਾਂ ਉਸਨੂੰ ਕੱਲ੍ਹ ਨੂੰ ਜੋ ਹੈ ਕੈਨੇਡਾ ਪਹੁੰਚ ਕੇ ਵੀ ਜੋਬ ਆਪਸ਼ਨਸ ਬਹੁਤ ਅੱਛੀਆਂ ਮਿਲ ਸਕਦੀਆਂ ਨੇ। ਕੀ ਅਜਿਹੇ ਕੋਰਸ ਹੈ ਜੋ ਸਟੂਡੈਂਟਸ ਧਿਆਨ ਵਿੱਚ ਰੱਖਣ ਅਤੇ ਉਹਦੇ ਨਾਲ ਅਪਲਾਈ ਕਰਨ? ਮੈਂ ਤੁਹਾਨੂੰ ਕੁਛ ਚੀਜ਼ਾਂ ਦੱਸੂੰਗੀ ਜੀ। ਅੱਜ ਆਪਾਂ ਕੁਛ ਕਾਲਜਿਸ ਦੀ ਔਰ ਕੁਛ ਸਟੇਟਸ ਦੀ ਗੱਲ ਕਰ ਲੈਂਦੇ ਹਾਂ, ਠੀਕ ਹੈ? ਆਪਾਂ ਆਉਂਦੇ ਹਾਂ ਐਂਟਾਰੀਓ ਦੇ ਵਿੱਚ। ਮੈਂ ਕਾਫੀ ਰਿਸਰਚ ਕਰਕੇ ਬੱਚਿਆਂ ਵਾਸਤੇ ਬਣਾਉਂਦੀ ਹਾਂ ਕਿ ਜਿਸ ਤੋਂ ਇਹਨਾਂ ਨੂੰ ਪ੍ਰੋਬਲਮ ਨਾ ਆਏ। ਹੁਣ ਐਂਟਾਰੀਓ ਦੇ ਵਿੱਚ ਜੋਬ ਓਪਰਚੁਨਿਟੀਜ਼, ਰਾਈਟ? ਪਹਿਲੇ ਤਾਂ ਮੈਂ ਗੱਲ ਕਰਦੀ ਹਾਂ ਐਂਟਾਰੀਓ ਦੇ ਵਿੱਚ ਇਸ ਟਾਈਮ ਨਾਇਗਰਾ ਯੂਨੀਵਰਸਿਟੀ ਹੈ, ਉਹਦੇ ਜਿਹੜੇ ਕੋਰਸਿਸ ਅਵੇਲੇਬਲ ਸੈਪਟੰਬਰ ਦੇ ਵਾਸਤੇ, ਠੀਕ ਹੈ? ਅਤੇ ਹੁਣ ਇਹ ਆ ਗਿਆ ਬਰਿਊ ਮਾਸਟਰ ਬਰਿਊਰੀ ਓਪਰੇਸ਼ਨ ਮੈਨੇਜਮੈਂਟ, ਸਭ ਤੋਂ ਅੱਛਾ ਕੋਰਸ ਹੈ। ਹੁਣ ਤੁਸੀਂ ਦੇਖ ਲਓ ਕਿ ਬਰਿਊਰੀਜ਼ ਬਹੁਤ ਚੱਲਦੀਆਂ, ਰਾਈਟ? ਕਿਉਂਕਿ ਹਰ ਯੰਗਸਟਰ ਜਿਹੜਾ ਨਾ ਉਹ ਲਾਈਫ ਦੇ ਵਿੱਚ ਇੱਕ ਜਿੱਦਾਂ ਕਹਿੰਦੇ ਆ ਕਿ ਬੈਠ ਗਏ ਫਰੈਂਡਸ ਨਾਲ, ਦੇ ਆਰ ਗੋਇੰਗ ਟੂ ਬਰਿਊਰੀਜ਼, ਅਤੇ ਇਹ ਚਾਹੇ ਨਿਊਜ਼ੀਲੈਂਡ 'ਚ ਹੋਏ ਚਾਹੇ ਇਹ ਕੈਨੇਡਾ ਦੇ ਵਿੱਚ ਹੋਏ, ਇਹ ਕੋਰਸ ਬਹੁਤ ਜ਼ਿਆਦਾ ਜੋਬ ਓਰੀਐਂਟਡ ਕੋਰਸ ਹੈ, ਠੀਕ ਹੈ? ਦੈਨ ਆਪਣੇ ਕੋਲ ਆ ਜਾਂਦਾ ਫਿਰ ਤੁਹਾਡਾ ਬ੍ਰੌਡਕਾਸਟਿੰਗ, ਰੇਡੀਓ, ਟੈਲੀਵਿਜ਼ਨ ਐਂਡ ਫਿਲਮ ਪ੍ਰੋਡਕਸ਼ਨ। ਇਹ ਤੁਹਾਡੀ ਲਾਈਨ ਤੋਂ ਰਿਲੇਟਡ ਹੈ। ਜਿਹੜੇ ਵੀ ਬੱਚੇ ਫਿਲਮ ਇੰਡਸਟਰੀ ਦੇ ਵਿੱਚ ਜਾਂ ਰੇਡੀਓ ਜਾਂ ਟੈਲੀਵਿਜ਼ਨ 'ਚ ਜਾਣਾ ਚਾਹੁੰਦੇ ਉਹਨਾਂ ਦੇ ਵਾਸਤੇ ਸੈਪਟੈਂਬਰ ਕੋਰਸ ਅਵੇਲੇਬਲ ਹੈ, ਠੀਕ ਹੈ? ਫਿਰ ਬਿਜ਼ਨਸ ਅਨਾਲਿਟਿਕ ਗ੍ਰੈਡ ਸਰਟੀਫਿਕੇਟ ਸਭ ਤੋਂ ਅੱਛਾ ਕੋਰਸ ਹੈ। ਇਸ ਕੋਰਸ ਦੇ ਵਿੱਚ ਬੱਚਾ ਕਦੀ ਵੀ ਜੋਬਲੈਸ ਨਹੀਂ ਰਹਿ ਸਕਦਾ। ਸਿਵਿਲ ਇੰਜੀਨੀਅਰ ਟੈਕਨੀਸ਼ੀਅਨ, ਇਹ ਨੋਟ ਕਰਦੇ ਜਾਓ ਜਿਹੜੇ ਅੱਛੇ ਕੋਰਸਿਸ ਹੈ, ਜੇ ਇਹ ਤੁਹਾਡੇ ਸਬਜੈਕਟਸ ਤੋਂ ਮੈਚ ਕਰਦੇ ਆ, ਇਹਨਾਂ ਜਿਹੜੇ ਮੈਂ ਕੋਰਸ ਦੱਸ ਰਹੀ ਹਾਂ ਇਹਨਾਂ ਦੇ ਵਿੱਚ ਤੁਸੀਂ ਕਦੀ ਜੋਬਲੈਸ ਨਹੀਂ ਰਹਿ ਸਕਦੇ, ਠੀਕ ਹੈ? ਦੈਨ ਤੁਹਾਡਾ ਆ ਜਾਂਦਾ ਫਿਰ ਫਿਟਨੈਸ ਐਂਡ ਹੈਲਥ ਪ੍ਰਮੋਸ਼ਨ। ਇਹ ਦੇਖੋ, ਜਿਹੜਾ ਮੈਂ ਹੁਣੇ ਥੋੜ੍ਹੀ ਦੇਰ ਪਹਿਲੇ ਆਪਾਂ ਆਸਟ੍ਰੇਲੀਆ ਦਾ ਕਰ ਰਹੇ ਸੀ, ਉਸ ਟਾਈਮ ਕਹਿ ਰਹੀ ਸੀ ਸਪੋਰਟਸ ਮੈਨੇਜਮੈਂਟ, ਠੀਕ ਹੈ? ਇੱਦਾਂ ਦਾ ਹੀ ਇਹ ਕੋਰਸ ਹੈ, ਫਿਟਨੈਸ ਐਂਡ ਹੈਲਥ ਪ੍ਰਮੋਸ਼ਨ। ਇਹ ਸਪੋਰਟਸ ਵਾਲਿਆਂ ਨੂੰ ਵੀ ਚਾਹੀਦਾ, ਇੱਕ ਜਨਰਲ ਬੰਦੇ ਨੂੰ ਵੀ ਚਾਹੀਦਾ। ਇਹ ਕੋਰਸ ਕਰਕੇ ਸਟੂਡੈਂਟ ਕਿਸੇ ਵੀ ਜਿਮ ਟ੍ਰੇਨਰ ਬਣ ਸਕਦਾ, ਜਿਮ ਆਪਣਾ ਖੋਲ੍ਹ ਸਕਦਾ, ਡਾਕਟਰ ਕੋਲ ਜੋਬ ਕਰ ਸਕਦਾ, ਹੋਸਪਿਟਲ ਵਿੱਚ ਜੋਬ ਕਰ ਸਕਦਾ, ਮਤਲਬ ਜੋਬ ਓਪਰਚੁਨਿਟੀ ਇਹਦੇ ਵਿੱਚ ਐਂਡਲੈਸ ਹੈ। ਗੇਮ ਡਿਵੈਲਪਮੈਂਟ, ਹਰ ਬੱਚਾ ਅੱਜ ਕੱਲ੍ਹ ਕੰਪਿਊਟਰ 'ਤੇ ਗੇਮ ਖੇਲ ਰਿਹਾ, ਹਰ ਬੜਾ ਗੇਮ ਖੇਲ ਰਿਹਾ, ਉਹ ਗੇਮ ਜਿਹੜੇ ਬਣਾਉਣ ਵਾਲੇ ਆ ਉਹਨਾਂ ਦੀ ਸੈਲਰੀ ਸੋਚੋ ਕਿੱਥੇ ਤੱਕ ਜਾ ਰਹੀ ਹੈ। ਹਾਂ, ਬੱਚੇ ਨੇ ਜੇ ਨੋਨ ਮੈਡੀਕਲ ਕੀਤੀ ਹੋਈ ਹੈ, ਮੈਥ ਹੈ, ਤਾਂ ਉਹਦੇ ਵਾਸਤੇ ਐਡਿਡ ਐਡਵਾਂਟੇਜ ਰਹੇਗਾ। ਹਾਰਟੀਕਲਚਰ ਟੈਕਨੀਸ਼ੀਅਨ, ਜਿਹਨਾਂ ਵੀ ਜਿਹੜੇ ਐਗਰੀਕਲਚਰ ਤੋਂ ਰਿਲੇਟਿਡ ਹੈ ਉਹਨਾਂ ਦੇ ਵਾਸਤੇ ਕੋਰਸ, ਕਿਉਂਕਿ ਹਰ ਜਗ੍ਹਾ
ਤੁਹਾਨੂੰ ਪਤਾ ਹੈ ਹਾਰਟੀਕਲਚਰ ਦੇ ਵਿੱਚ ਕੀ ਆ ਜਾਏਗਾ, ਫਲੋਰਿਸਟ ਆ ਜਾਣਗੇ, ਫਰੂਟ ਨਰਸਰੀਜ਼, ਇਹ ਸਾਰਾ ਫਰੂਟ ਦਾ ਜਿੰਨਾ ਕੰਮ ਹੈ ਸਾਰਾ ਹਾਰਟੀਕਲਚਰ ਦੇ ਅੰਡਰ ਆਉਂਦਾ ਹੈ। ਇਹ ਕੋਰਸ ਦੀ ਬਹੁਤ ਡਿਮਾਂਡ ਰਹਿੰਦੀ। ਹੋਸਪਿਟੈਲਿਟੀ ਐਂਡ ਹੋਟਲ ਐਂਡ ਰੈਸਟੋਰੈਂਟ ਆਪਰੇਸ਼ਨ, ਸੋਸ਼ਲ ਮੀਡੀਆ ਮੈਨੇਜਮੈਂਟ, ਕੋਈ ਮਰਜ਼ੀ ਬੰਦਾ ਹੋਏ ਉਹਨੇ ਹਰ ਕੰਪਨੀ, ਚਾਰ ਦੋ ਬੰਦਿਆਂ ਦੀ ਵੀ ਕੰਪਨੀ ਹੈ, ਇਕੱਲਾ ਬੰਦਾ ਵੀ ਕੰਮ ਕਰ ਰਿਹਾ, ਉਹਨੂੰ ਸੋਸ਼ਲ ਮੀਡੀਆ ਦੇ ਵਾਸਤੇ ਬੰਦਾ ਚਾਹੀਦਾ ਜਿਹੜਾ ਉਹਦਾ ਕੰਮ ਕਰ ਸਕੇ, ਉਹਦੇ ਬਿਜ਼ਨਸ ਨੂੰ ਅੱਗੇ ਵਧਾ ਸਕੇ। ਫਿਰ ਵੈਲਡਿੰਗ ਟੈਕਨੀਸ਼ੀਅਨ ਐਂਡ, ਠੀਕ ਹੈ, ਹੁਣ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ, ਆਇਲਸ 6.0 ਇਨ ਈਚ, PT ਓਵਰਆਲ 50। ਹੁਣ ਆਪਾਂ ਇਹ ਗੱਲ ਕੀਤੀ ਹੈ ਨਾਇਗਰਾ ਯੂਨੀਵਰਸਿਟੀ ਦੀ, ਜਿਹਦੇ ਕੋਰਸਿਸ ਅਵੇਲੇਬਲ ਹੈ ਸੈਪਟੈਂਬਰ ਵਾਸਤੇ। ਜੋਬ ਓਪਰਚੁਨਿਟੀਜ਼ ਮੈਂ ਤੁਹਾਨੂੰ ਦੱਸਤੀ ਹੈ। ਫਿਰ ਵੀ ਤੁਸੀਂ ਦੇਖੋ ਅੰਟਾਰੀਓ ਜੋਬ ਓਪਰਚੁਨਿਟੀ, ਹੁਣ ਜਿਹੜਾ ਬੱਚਾ ਅਕਾਊਂਟਿੰਗ ਰਿਲੇਟਿਡ ਜਿੰਨੇ ਮਰਜ਼ੀ ਕੋਰਸ ਕਰ ਲਓ, ਬਿਜ਼ਨਸ ਤੋਂ ਰਿਲੇਟਿਡ ਤੁਹਾਨੂੰ ਜੋਬ ਦੀ ਕਮੀ ਨਹੀਂ, ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਕੋਈ ਕਮੀ ਨਹੀਂ, ਐਰੋਸਪੇਸ ਇੰਜੀਨੀਅਰਿੰਗ, ਐਗਰੀਕਲਚਰ ਜਿਹੜਾ ਆਪਾਂ ਹਾਰਟੀਕਲਚਰ ਵਾਲਾ ਕੋਰਸ ਕਿਹਾ ਸੀ, ਕੰਸਟਰਕਸ਼ਨ ਤੋਂ ਰਿਲੇਟਿਡ ਕਿਹਾ ਸੀ ਆਰਕੀਟੈਕਟਸ, ਹੈਲਥ, ਇਹਨਾਂ ਦੀ ਕਦੀ ਕੋਈ ਕਮੀ ਨਹੀਂ ਆਏਗੀ। ਵੈਲਡਿੰਗ ਵਾਲਿਆਂ ਦੀ, ਇਹਨਾਂ ਦੀ ਹਮੇਸ਼ਾ ਜੋਬ ਬਹੁਤ, ਮਤਲਬ ਸੈਲਰੀਜ਼ ਵੀ ਬਹੁਤ ਜ਼ਿਆਦਾ ਹੈ। ਆਡੀਓ ਵੀਡ, ਆਪਾਂ ਫਿਲਮ ਪ੍ਰੋਡਕਸ਼ਨ ਦਾ ਇੱਕ ਕੋਰਸ ਕਿਹਾ ਸੀ, ਆਡੀਓ ਐਂਡ ਵੀਡੀਓ ਰਿਕਾਰਡਰ ਟੈਕਨੀਸ਼ੀਅਨ ਐਂਡ, ਫਿਰ ਬੇਕਰਸ, ਬੈਂਕਰਸ, ਇਹ ਕੋਰਸਿਸ ਜਿਹੜੇ ਅੰਟਾਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਜੋਬ ਓਰੀਐਂਟਿਡ ਹੈ। ਕਈ ਬੱਚਾ ਕਦੀ ਫ੍ਰੀ ਨਹੀਂ ਬੈਠ ਸਕਦਾ, ਇਹ ਜਿਹੜਾ ਇੱਕ ਮਿੱਥ ਹੈ ਕਿ ਜੋਬ ਨਹੀਂ ਮਿਲ ਰਹੀ, ਬੱਚਾ ਇੱਥੋਂ ਕਰਕੇ ਕੀ ਗਿਆ, ਉੱਥੇ ਕਿਹੜੇ ਕੋਰਸ 'ਚ ਗਿਆ, ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ। ਜਦੋਂ ਤੁਹਾਡੇ ਬੱਚੇ ਨੇ ਕੋਰਸ ਸਹੀ ਚੂਜ਼ ਕੀਤਾ ਹੋਇਆ, ਇੱਥੋਂ ਮਹੀਨੇ ਦੋ ਮਹੀਨੇ ਦੀ ਤੁਸੀਂ ਕੋਈ ਅੱਛੇ ਕੋਰਸ 'ਤੇ ਟ੍ਰੇਨਿੰਗ ਦਵਾਈ ਹੈ, ਉਹ ਬੱਚਾ ਕਦੀ ਜਾ ਕੇ ਜੋਬਲੈਸ ਨਹੀਂ ਰਹਿ ਸਕਦਾ। ਮੇਰੇ ਜਿੰਨੇ ਸਟੂਡੈਂਟ ਕੈਨੇਡਾ ਗਏ ਆ, ਉਹ ਛੁੱਟੀਆਂ ਚਾਹੁੰਦੇ ਆ, ਕਹਿੰਦੇ ਮੈਡਮ ਉੱਥੇ ਕੋਈ ਵੀ ਸਟੂਡੈਂਟ ਜੋਬਲੈਸ ਨਹੀਂ ਰਹਿ ਸਕਦਾ, ਜਦਕਿ ਉਹ ਬੱਚਾ ਕੰਮ ਕਰਨ ਦਾ ਇੱਛੁਕ ਹੈ। ਸੈਕਿੰਡ, ਉਹਦੇ ਹੱਥ 'ਚ ਕੋਈ ਸਕਿੱਲ ਹੈ, ਸਕਿੱਲ ਇੱਥੋਂ ਪੇਰੈਂਟਸ ਨੇ ਦੇ ਕੇ ਭੇਜਣੀ ਹੈ, ਕੈਨੇਡਾ ਵਰਗੀ ਕੰਟਰੀ ਵੀ ਕੋਈ ਨਹੀਂ ਮਿਲਣੀ ਜਿਹੜੀ ਸਭ ਤੋਂ ਜ਼ਿਆਦਾ ਈਜ਼ੀ PR ਦਿੰਦੀ ਹੈ। ਜੇ ਤੁਸੀਂ ਕਹਿ ਦਿਓ ਕਿ ਮੈਂ PR ਲੈਣੀ ਆ, ਜਿੱਦਾਂ ਮਰਜ਼ੀ, ਉਹੀ ਇੱਕ ਕੰਟਰੀ ਹੈ, ਚਾਹੇ US ਦੇਵੇ ਨਾ ਦੇਵੇ, ਆਸਟ੍ਰੇਲੀਆ ਦੇਵੇ ਨਾ ਦੇਵੇ, ਨਿਊਜ਼ੀਲੈਂਡ ਦੇਵੇ ਨਾ ਦੇਵੇ, ਕੈਨੇਡਾ ਸਭ ਤੋਂ ਪਹਿਲੇ PR ਦਿੰਦੀ ਹੈ। ਔਰ ਆਉਣ ਵਾਲੇ ਟਾਈਮ 'ਚ ਉਹ ਵੀ ਜਿਹੜਾ ਯੂਨੀਵਰਸਿਟੀਆਂ 'ਤੇ ਕੈਪ ਲਗਾਉਣ ਵਾਲੇ ਆ, ਉਸ ਟਾਈਮ ਸਟੂਡੈਂਟਸ ਨੂੰ ਮੁਸ਼ਕਲ ਹੋਏਗੀ, ਬਟ ਇਹ ਟਾਈਮ ਤੁਸੀਂ ਮੌਕੇ ਦਾ ਫਾਇਦਾ ਉਠਾ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ, ਜੇ ਟਾਈਮ ਹੈ ਆਪਣੇ ਕੋਲ, ਅਤੇ ਆਪਾਂ ਕਰਦੇ ਹਾਂ ਗੱਲ ਨੋਵਾ ਸਕੋਸ਼ੀਆ ਦੀ। IT ਸੈਕਟਰ, ਡਾਟਾ ਇੰਜੀਨੀਅਰ, ਸ਼ੋਪ ਸੁਪਰਵਾਈਜ਼ਰ, ਕਸਟਮਰ ਸਰਵਿਸ ਰਿਪ੍ਰੈਜੈਂਟੇਟਿਵ, ਇਹ ਸਾਰੇ ਜਿਹੜੇ ਆ ਕੋਰਸਿਸ ਜਿਨ੍ਹਾਂ ਦੇ ਵਿੱਚ ਮਤਲਬ ਇਹ ਜਿਹੜੀ ਜੋਬ ਓਪਰਚੁਨਿਟੀ ਸਭ ਤੋਂ ਜ਼ਿਆਦਾ ਹੈ, ਉੱਥੇ ਸਿਡਨੀ ਦੇ ਵਿੱਚ ਕੇਬਰੇਟਨ ਯੂਨੀਵਰਸਿਟੀ ਹੈ, ਰਾਈਟ, ਉਹਨਾਂ ਦੇ ਵਿੱਚ ਤੁਹਾਨੂੰ ਜਿਹੜੇ ਇਹ ਕੋਰਸਿਸ ਮਿਲਣਗੇ ਇਸ ਟਾਈਮ, ਹੈਲਥ ਕੇਅਰ ਮੈਨੇਜਮੈਂਟ, ਸਪਲਾਈ ਚੇਨ ਮੈਨੇਜਮੈਂਟ, ਬੈਚੁਲਰ ਆਫ ਸਾਇੰਸ, ਠੀਕ ਹੈ, 8 ਤੋਂ 10 ਸਾਲ ਤੱਕ ਦਾ ਗੈਪ ਵੀ ਐਕਸੈਪਟੇਬਲ ਹੈ। ਔਰ ਤੁਸੀਂ ਵਿਦਆਊਟ ਆਇਲਸ ਵੀ ਜਾ ਸਕਦੇ ਹੋ, ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਹੋਣਾ ਚਾਹੀਦਾ ਯੂਨੀਵਰਸਿਟੀ ਦੇ ਆਫਰ ਲੈਟਰ ਵਾਸਤੇ। ਜੇ ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋ ਤੁਸੀਂ ਆਫਰ ਲੈਟਰ ਲੈ ਸਕਦੇ ਹੋ। ਅੰਬੈਸੀ ਦੀ ਰਿਕੁਆਇਰਮੈਂਟ 6 band ਦੀ ਹੈ, ਈਚ ਵੀ ਨਹੀਂ ਹੈ, 6 band ਓਵਰਆਲ, ਚਾਹੇ 'ਚ 5 ਆਏ ਆ, ਤੁਹਾਨੂੰ PL ਮਿਲ ਜਾਏਗੀ, ਤੁਹਾਡੇ ਵੀਜ਼ਾ ਨਿਕਲ ਜਾਣਾ। ਮਤਲਬ ਇਹ ਜਿਹੜੀ ਚੀਜ਼ਾਂ 'ਤੇ ਜੇ ਧਿਆਨ ਰੱਖੋਗੇ, ਤੁਹਾਨੂੰ ਨਾ ਉੱਥੇ PR 'ਚ ਪ੍ਰੋਬਲਮ, ਨਾ ਜੋਬ 'ਚ ਪ੍ਰੋਬਲਮ, ਨਾ ਸੈਟਲਮੈਂਟ ਹੋਣ 'ਚ ਪ੍ਰੋਬਲਮ। ਇੰਨੀ ਕੁ ਨੈਗੇਟਿਵ ਲੋਕਾਂ ਨੇ ਮਾਰਕੀਟਿੰਗ ਕਰਤੀ ਕਿ ਮੈਨੂੰ ਲੱਗਦਾ ਜਿਹੜੇ ਚਾਹਵਾਨ ਬੱਚੇ ਸੀ
ਜਿਨ੍ਹਾਂ ਨੂੰ ਜਾਣਾ ਚਾਹੀਦਾ ਉਹ ਆਪਣਾ ਰਸਤੇ ਰੋਕ ਕੇ ਬੈਠ ਗਏ, ਕੋਈ ਹੋਰ ਕੰਟਰੀ ਐਕਸੈਪਟ ਨਹੀਂ ਕਰ ਰਹੀ, ਕੈਨੇਡਾ ਜਾਣਾ ਨਹੀਂ, ਇਹ ਸੋਚ ਕੇ ਕਿ ਉੱਥੇ ਜੋਬ ਨਹੀਂ ਹੈ। ਤੁਸੀਂ ਪੇਰੈਂਟਸ ਉਹਨਾਂ ਦੇ ਨਾਲ ਜਾਣ, ਮੈਂ ਚੈਲੰਜ ਕਰਦੀ ਹਾਂ ਕਿ ਜੋਬ ਨਹੀਂ ਮਿਲਦੀ ਤਾਂ ਸਾਰੇ ਪੈਸੇ ਵਾਪਸ ਲਓ। ਜੀ ਬਿਲਕੁਲ, ਸੋ ਬਹੁਤ ਹੀ ਅੱਛੇ ਅੱਛੇ ਕੋਰਸ ਮੈਮ ਨੇ ਦੱਸੇ ਨੇ ਜਿਸ ਦੇ ਨਾਲ ਦੇਖੋ ਪ੍ਰੈਕਟੀਕਲ ਕੋਰਸ ਨੇ ਬੜੇ, ਔਰ ਇਹ ਸਟੂਡੈਂਟ ਜਿਹੜਾ ਵੀ ਅਜਿਹੇ ਕੋਰਸ ਕਰੇਗਾ ਜਿੱਥੇ ਵੀ ਹੋਵੇ ਉਹ ਆਪਣਾ ਉਹਨੂੰ ਕੰਮ ਦੀ ਕਮੀ ਕਦੇ ਵੀ ਨਹੀਂ ਆ ਸਕਦੀ। ਸੋ ਜ਼ਰੂਰ ਤੁਸੀਂ ਅਜਿਹੀ ਆਪਸ਼ਨਸ ਦੇ ਨਾਲ ਅੱਗੇ ਵਧੋ ਤਾਂ ਕਿ ਰਾਈਟ ਡਿਸੀਜ਼ਨ ਦੇ ਨਾਲ ਤੁਸੀਂ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੋ। ਕੋਈ ਸਵਾਲ ਹੈ ਤਾਂ ਨੰਬਰ ਡਿਸਪਲੇ ਇਸ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਲਓ, ਜਾਂ ਫਿਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ, ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਰਾਈਟ ਆਪਸ਼ਨ ਤੁਹਾਨੂੰ ਗਾਈਡ ਕੀਤੀ ਜਾ ਸਕੇ। ਅਤੇ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਸਟੂਡੈਂਟਸ ਨੂੰ ਅੱਜ ਇੰਨੇ ਚੰਗੇ ਚੰਗੇ ਕੋਰਸਿਸ ਨੂੰ ਲੈ ਕੇ ਅਵੇਅਰ ਕੀਤਾ, ਗਾਈਡ ਕੀਤਾ। ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਚੰਗੇ ਚੰਗੇ ਟੋਪਿਕਸ ਉੱਪਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।